ਮੋਬਾਈਲ ਬੰਦ ਕਰ ਦੋ ਵੀਰ ਮੋਬਾਈਲ ਬੰਦ ਕਰ ਦੋ ਨਾ ਇੱਥੇ ਅੰਦਰ ਕੋਈ ਮੋਬਾਈਲ ਨਹੀਂ ਚੱਲਣਾ ਬੰਦ ਕਰੋ ਇੱਥੇ ਖੋਲੇ ਮੁੜ ਕੇ ਮਿਲਦੇ ਨਹੀਂ ਜੇ ਮੋਬਾਈਲ ਬੰਦ ਕਰ ਦੋ ਨਾ ਅੰਦਰ ਕੋਈ ਮੋਬਾਈਲ ਨਾ ਚੱਲੇ ਮੈਨੂੰ ਕੈਮਰੇ ਵੀ ਅੰਦਰ ਬੰਦ ਕਰ ਦੋ ਵਾਹਿਗੁਰੂ ਕੈਮਰਾ ਵੀ ਨਹੀਂ ਚੱਲਣਾ ਨਾ ਛੱਡ ਕੇ Thank you.
ਰਾਤ ਦਾ 9 ਵਜੇ ਦਾ ਸਮਾਂ ਹੋ ਚੁੱਕਾ ਜੀ ਤੇ ਅੰਦਰ ਦੀਵਾਨ ਸਜੇ ਹੋਏ ਨੇ ਦੀਵਾਨਾਂ ਦੇ ਵਿੱਚ ਕੋਈ ਵੀ ਕੈਮਰਾ ਕੋਈ ਫੋਨ ਨਹੀਂ ਚਲਾ ਸਕਦਾ ਬਹੁਤ ਵਧੀਆ ਗੱਲ ਆ ਬਿਲਕੁਲ ਪੁਰਾਤਨ ਤਰੀਕੇ ਨਾਲ ਦੀਵਾਨ ਸਜੇ ਹੋਏ ਨੇ ਕੋਈ ਜ਼ਿਆਦਾ ਲਾਈਟ ਨਹੀਂ ਗੀ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੀ ਪ੍ਰਕਾਸ਼ ਨੇ ਲਾਈਟ ਦੇ ਅਤੇ ਬੜਾ ਹੀ ਸੀਮਤ ਸਾਊਂਡ ਸਿਸਟਮ ਆ ਪੂਰੇ ਪੰਡਾਲ ਵਿੱਚ ਬਹੁਤ ਛੋਟੇ ਸਪੀਕਰ ਲੱਗੇ ਹੋਏ ਆ ਸੰਗਤ ਦੇ ਕੰਨਾਂ ਤੱਕ ਆਵਾਜ਼ ਪਹੁੰਚ ਰਹੀ ਆ ਅਤੇ ਬਹੁਤ ਹੀ ਪਿਆਰਾ ਜਿਹਾ ਮਾਹੌਲ ਅੰਦਰ ਬਣਿਆ ਹੋਇਆ ਆ ਅਤੇ ਬਾਹਰ ਆ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਆਈਆਂ ਆ ਉਹ ਸਭ ਖੜੀਆਂ ਆ ਕੋਈ ਪ੍ਰਸ਼ਾਦਾ ਛੱਕ ਕੇ ਆ ਰਿਹਾ ਜੀ ਕੋਈ ਚਾਹ ਦੇ ਲੰਗਰ ਛੱਕ ਰਿਹਾ ਕੋਈ ਸਮੁੰਦਰ ਦੇ ਲੰਗਰ ਛੱਕ ਰਿਹਾ ਇਹਦਾ ਸਾਡੇ ਵੀਰ ਹੁਣਾਂ ਨੇ ਜੋੜਿਆਂ ਦੀ ਸੇਵਾ ਲਾਈ ਹੋਈ ਆ ਜਮਸ਼ੇਦ ਵਾਲੇ ਵੀਰਾਂ ਨੇ ਸੰਗਤ ਜਿਹੜੀ ਆਈ ਹੋਈ ਆ ਉਹਨਾਂ ਦੇ ਜੋੜੇ ਜੋੜਿਆਂ ਦੀ ਸਾਂਭ ਸੰਭਾਲ ਹੋ ਰਹੀ ਆ ਜੀ ਬਹੁਤ ਵਧੀਆ ਉਪਰਾਲਾ ਆ ਜੀ ਅਤੇ ਅੱਗੇ ਵਾਸਤੇ ਵੀ ਇਹ ਜਿਹੜੀ ਸੇਵਾ ਆ ਜਮਸ਼ੇਦ ਦੇ ਨੌਜਵਾਨ ਪੱਕੀ ਕਰਿਆ ਕਰਨ ਕਿ ਕਿਤੇ ਵੀ ਨਗਰ ਕੀਰਤਨ ਸਮਾਗਮ ਹੋਵੇਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇੱਧਰ ਸਾਡੇ ਸਿੰਘ ਸਾਹਿਬ ਜਿਹੜੇ ਵੀਰ ਕਿਸਾਨ ਦੀ ਸੰਘਰਸ਼ ਵਿੱਚ ਵੀ ਇਹ ਸੇਵਾ ਨਿਭਾਉਂਦੇ ਸੀਗੇ ਅਤੇ ਇੱਥੇ ਵੀ ਗੁਰੂ ਕੇ ਪਿਆਰੇ ਉਹੀ ਸੇਵਾ ਜੋੜਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਸੇਵਾ ਪੱਕੀ ਰੱਖ ਲਈ ਜੀ ਹੈ ਵੇ ਆਲੇ ਦੁਆਲੇ ਦੇ ਨਗਰਾਂ 'ਚੋਂ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਫਤਿਹ ਸਿੰਘ ਸਾਹਿਬ ਕਿੱਦਾਂ ਅਤੇ ਇੱਧਰ ਗੁਰੂ ਕੇ ਲੰਗਰ ਚੱਲ ਰਹੇ ਆ ਜੀ ਬਹੁਤ ਜ਼ਿਆਦਾ ਸੰਗਤ ਆ ਕਿੱਦਾਂ ਉਹ ਕਰਨ ਭਾਅ ਜੀ ਕੀ ਹਾਲ ਚਾਲ ਜੀ ਡਾਕਟਰ ਸਾਹਿਬ ਠੀਕ ਠਾਕ ਹੋ ਸਾਡੇ ਕਰਨ ਸਾਹਿਬ ਸ਼ਰਮਾ ਜੀ ਪਿੰਡ ਤੋਂ ਡਾਕਟਰ ਸਾਹਿਬ ਸਾਡੇ ਪਿਆਰੇ ਮਿੱਤਰ ਸਾਡੇ ਗੁਰਪ੍ਰੀਤ ਸਿੰਘ ਜੀ ਲੰਗਰਾਂ 'ਚ ਸੇਵਾ ਕਰਦੇ ਹੋਏ ਬਹੁਤ ਸੋਹਣਾ ਪ੍ਰਬੰਧ ਆ ਲੰਗਰ ਦਾ ਵੀ ਸੰਗਤਾਂ ਪੰਗਤਾਂ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕ ਰਹੀਆਂ ਜੀ ਇੱਧਰ ਸੇਵਾਦਾਰ ਲੱਗੇ ਹੋਏ ਆ ਨੌਜਵਾਨ ਪਾਤਰਾਂ ਦੀ ਸੇਵਾ ਕਰਨ ਦੀ ਸੰਗਤ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਅਤੇ ਉਨੀ ਤਾਦਾਦ ਦੇ ਵਿੱਚ ਹੀ ਬਰਤਨ ਆ ਰਹੇ ਆ ਪਰ ਨੌਜਵਾਨ ਡਟੇ ਹੋਏ ਆ ਆਪਣੀ ਸੇਵਾ 'ਚ ਨੌਜਵਾਨ ਚਾਹ ਚੱਕ ਰਹੇ ਆ ਬਹੁਤ ਵੱਡੀ ਸੇਵਾ ਆ ਇਹਨਾਂ ਨੌਜਵਾਨਾਂ ਦੀ ਵੀ ਟੱਪਾਂ ਦੇ ਵਿੱਚ ਜਿਹੜੇ ਜੂਠੇ ਬਰਤਨ ਆ ਭਰ ਭਰ ਕੇ ਲਿਆਉਂਦੇ ਜਾ ਰਹੇ ਲੰਗਰ ਹਾਲ 'ਚੋਂ ਸਾਡੇ ਪਿੰਡ ਤੋਂ ਵੀ ਜਮਸ਼ੇਦ ਨਗਰ ਤੋਂ ਸਾਡੀਆਂ ਮਾਤਾਵਾਂ ਭੈਣਾਂ ਪਹੁੰਚੀਆਂ ਆ ਸਾਰੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਸਟੇਜ 'ਤੇ ਪਹੁੰਚਣ ਲੱਗੇ ਆ ਅਤੇ ਉਹਨਾਂ ਦੇ ਵਿਚਾਰ ਸੁਣਨ ਲਈ ਸਾਰੇ ਅੰਦਰ ਜਾ ਰਹੇ ਆ ਜੀ ਸਾਡੇ ਗੁਰਪਾਲ ਭਾਅ ਜੀ ਜੋੜਾਂ ਦੀ ਸੇਵਾ 'ਚ ਰਾਤ ਦੇ ਦੀਵਾਨਾਂ ਦੀ ਸਮਾਪਤੀ ਹੋ ਚੁੱਕੀ ਆ ਜੀ ਅਤੇ ਸੰਗਤ ਵਾਪਸ ਆਪਣੋ ਆਪਣੇ ਘਰ ਜਾ ਰਹੀ ਆ ਅਤੇ ਜਿਹੜੀ ਸੰਗਤ ਰੁਕਣ ਵਾਲੀ ਆ ਉਹਦੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਆ ਅਤੇ ਸਵੇਰੇ 8 ਵਜੇ ਇੱਥੇ ਅੰਮ੍ਰਿਤ ਸੰਚਾਰ ਹੋਵੇਗਾ ਜਿਹੜੀਆਂ ਅਭਿਲਾਸ਼ੀ ਸੰਗਤਾਂ ਨੇ ਉਹ ਸਵੇਰੇ ਅੰਮ੍ਰਿਤ ਛਕਣਗੀਆਂ ਅਤੇ ਇਸ ਦੇ ਨਾਲ ਹੀ ਇਸ ਵੀਡੀਓ ਦੀ ਇੱਥੇ ਸਮਾਪਤੀ ਆ ਆਪਾਂ ਮਿਲਦੇ ਹਾਂ ਕੱਲ੍ਹ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੇਖੀ ਵੀ ਇਹ ਹੈ ਹਿੱਟਨ ਚੱਜੀ ਯਾਰ ਚੱਲ ਭਾਈ ਦੀ ਕੰਮ ਹੋਇਆ।